ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਫਤੇ ਚੰਦ ਪਟਨੇ ਦਾ ਇੱਕ ਪ੍ਰਸਿੱਧ ਜਾਗੀਦਾਰ ਸੀ ਉਸਨੂੰ ਲੋਕੀ ਰਾਜਾ ਕਰਕੇ ਜਾਣਦੇ ਸਨ ਉਸ ਦੀ ਰਾਣੀ ਦਾ ਨਾਮ ਮੈਨੀ ਸੀ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਉਹਨਾਂ ਨੇ ਸੰਤਾਨ ਲਈ ਬਹੁਤ ਜੰਤਰ ਮੰਤਰ ਤੇ ਪੂਜਾ ਪਾਠ ਕਰਵਾਏ ਪਰ ਕੋਈ ਸਿੱਧ ਨਾ ਹੋਇਆ ਜਦੋਂ ਵੀ ਰਾਣੀ ਸਹਿਬ ਜਾਦੇ ਗੋਬਿੰਦ ਰਾਏ ਤੇ ਉਸਦੀ ਬਾਲ ਸੈਨਾ ਨੂੰ ਆਪਣੇ ਮਹਿਲ ਦੇ ਅੱਗੇ ਲੰਘਦੀ ਹੋਈ ਦੇਖਦੀ ਤਾਂ ਉਸਦੇ ਮਨ ਦੇ ਤੜਫ ਬੱਚੇ ਲਈ ਹੋਰ ਵੱਧ ਜਾਂਦੀ। ਇੱਕ ਦਿਨ ਬੱਚਿਆਂ ਦੀ ਫੌਜ ਨੂੰ ਦੇਖ ਕੇ ਰਾਣੀ ਬਹੁਤ ਡੂੰਘੇ ਖਿਆਲਾਂ ਵਿੱਚ ਡੁੱਬ ਗਈ। ਉਸਦੇ ਮਨ ਵਿੱਚ ਖਿਆਲ ਆਇਆ ਕਿੰਨਾ ਚੰਗਾ ਹੋਵੇ ਜੇ ਮਾਤਾ ਗੁਜਰੀ ਦਾ ਲਾਲ ਅੱਜ ਆ ਕੇ ਮੇਰੀ ਗੋਦ ਵਿੱਚ ਬੈਠੇ ਤੇ ਮੈਨੂੰ ਮਾਤਾ ਕਹਿ ਕੇ ਬੁਲਾਵੇ ਤੇ ਕਹੇ ਮੈਨੂੰ ਭੁੱਖ ਲੱਗੀ ਹੈ। ਮਾਤਾ ਜੀ ਜਿਹੜੇ ਛੋਲੇ ਪੂਰੀਆਂ ਤੁਸੀਂ ਤਿਆਰ ਕਰਕੇ ਅੰਦਰ ਰੱਖੇ ਹਨ ਮੈਨੂੰ ਤੇ ਮੇਰੇ ਸਾਥੀਆਂ ਨੂੰ ਦੇਵੋ ਇਸ ਤਰ੍ਹਾਂ ਖਿਆਲ ਆਉਣ ਉੱਪਰ ਉਹ ਉੱਠ ਖੜੀ ਹੋਈ ਤੇ ਛੋਲੇ ਪੂਰੀਆਂ ਬਣਾਉਣ ਲੱਗ ਪਈ ਰਾਣੀ ਨੇ ਸਿੱਖਾਂ પાસે ਸੁਣਿਆ ਹੋਇਆ ਸੀ ਕਿ ਸਾਹਿਬ ਜਦਾ ਮਨਾਂ ਦੀਆਂ ਭਾਵਨਾਵਾਂ ਜਾਣਨ ਵਾਲਾ ਹੈ ਛੋਲੇ ਪੂਰੀਆਂ ਤਿਆਰ ਕਰਕੇ ਰਾਣੀ ਬਾਹਰ ਨਿਕਲ ਕੇ ਬੈਠ ਗਈ ਬਾਲ ਸੈਨਾ ਦੀ ਉਡੀਕ ਕਰਨ ਲੱਗੀ ਦੇਖਦੇ-ਦੇਖਦੇ ਬਾਲ ਸੈਨਾ ਦੇ ਆਗੂ ਆਪਣੀ ਸੈਨਾ ਨਾਲ ਉਸ ਵੇੜੇ ਵਿੱਚ ਆ ਗਏ ਜਿੱਥੇ ਰਾਣੀ ਬੈਠੀ ਇੰਤਜ਼ਾਰ ਕਰ ਰਹੀ ਸੀ ਉਹਨਾਂ ਨੇ ਆਉਂਦੇ ਹੀ ਕਿਹਾ ਲਿਆਓ ਮਾਤਾ ਜੀ ਜਿਹੜੇ ਛੋਲੇ ਪੂਰੀਆਂ ਤੁਸੀਂ ਤਿਆਰ ਕਰ ਅੰਦਰ ਰੱਖੇ ਹਨ ਮੈਨੂੰ ਤੇ ਮੇਰੇ ਸਾਥੀਆਂ ਨੂੰ ਬਹੁਤ ਭੁੱਖ ਲੱਗੀ ਹੈ ਰਾਣੀ ਨੇ ਦਿਲਾਂ ਦੀਆਂ ਜਾਣਨ ਵਾਲੇ ਸਾਹਿਬ ਜਦੇ ਨੂੰ ਗੋਦੀ ਵਿੱਚ ਲਿਆ ਤੇ ਪਿਆਰ ਕੀਤਾ ਰਾਣੀ ਨੇ ਉਹਨਾਂ ਨੂੰ ਆਪਣੇ ਹੱਥਾਂ ਨਾਲ ਪੂਰੀਆਂ ਤੇ ਛੋਲੇ ਖਾਏ ਪੂਰੀਆਂ ਤੇ ਛੋਲੇ ਬਾਕੀ ਬਾਲ ਸੈਨਾ ਨੂੰ ਵੀ ਹਾਜ਼ਰ ਕੀਤੇਗੇ। ਰਾਣੀ ਨੂੰ ਸਹਬਜ਼ਾਦੇ ਨੂੰ ਪੁੱਤਰਾ ਵਾਂਗ ਗੋਦੀ ਵਿੱਚ ਬਿਠਾ ਕੇ ਖਾਣਾ ਖਵਾਉਣ ਨਾਲ ਪੁੱਤਰ ਵਾਲਾ ਨਿਗਮ ਮਿਲਿਆ। ਪੁੱਤਰ ਦਾ ਨਿਗਲਣ ਲਈ ਰਾਣੀ ਨੇ ਹਰ ਰੋਜ਼ ਹੁਣ ਛੋਲੇ ਪੂਰੀਆਂ ਬਾਲ ਸੈਨਾ ਲਈ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਖਾਣਾ ਖਵਾਉਣ ਦੇ ਪੱਜ ਨਾਲ ਉਹ ਪੁੱਤਰ ਦਾ ਪਿਆਰ ਪ੍ਰਾਪਤ ਕਰਨ ਲੱਗੀ। ਇੱਕ ਦਿਨ ਰਾਣੀ ਦੀ ਦੇਖਭਾਲ ਕਰਨ ਵਾਲੀ ਗੋਲੀ ਨੇ ਸਹਬਜ਼ਾਦੇ ਪਾਸ ਬੇਨਤੀ ਕੀਤੀ। ਕੀ ਰਾਣੀ ਦੀ ਗੋਦ ਖਾਲੀ ਹੈ ਇਸ ਨੂੰ ਆਪਣੇ ਵਰਗਾ ਪੁੱਤਰ ਬਖਸ਼ ਦਵੋ ਸਹਬਜ਼ਾਦੇ ਨੇ ਅੱਗੇ ਉੱਤਰ ਦਿੱਤਾ ਮੇਰੇ ਵਰਗਾ ਸਿਰਫ ਮੈਂ ਹੀ ਹਾਂ ਹੋਰ ਦੂਜਾ ਤੇ ਹੋ ਨਹੀਂ ਸਕਦਾ ਇਸ ਲਈ ਰਾਣੀ ਜੀ ਮੈਨੂੰ ਆਪਣਾ ਪੁੱਤਰ ਸਮਝ ਲੈਣ ਤਾਂ ਮੈਂ ਇਨ੍ਹਾਂ ਦਾ ਪੁੱਤਰ ਹੋ ਜਾਵਾਂਗਾ ਉਸ ਦਿਨ ਤੋਂ ਰਾਣੀ ਦਾ ਪਿਆਰ ਤੇ ਲਗਾਓ ਉਹਨਾਂ ਲਈ ਹੋਰ ਵੱਧ ਗਿਆ ਸਹਬਜ਼ਾਦੇ ਨੇ ਪਟਨਾ ਛੱਡਣ ਪਿੱਛੋਂ ਰਾਣੀ ਨੇ ਆਪਣੇ ਘਰ ਵਿੱਚ ਗੁਰਦੁਆਰਾ ਬਣਾ ਲਿਆ ਜਿੱਥੇ ਬੱਚਿਆਂ ਨੂੰ ਛੋਲੇ ਤੇ ਪੂਰੀਆਂ ਖਵਾਉਂਦੀ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਸੈਬਜਾਦੇ ਦੇ ਹਰ ਰੋਜ਼ ਦਰਸ਼ਨ ਹੁੰਦੇ ਤੇ ਉਹ ਪੁੱਤਰ ਦਾ ਪਿਆਰ ਮਾਣਦੀ ਉਸ ਥਾਂ ਤੇ ਅੱਜ ਗੁਰਦੁਆਰਾ ਮੈਣੀ ਸੰਗਤ ਪ੍ਰਸਿੱਧ ਹੋ ਗਿਆ ਜਿੱਥੇ ਅੱਜ ਕੱਲ੍ਹ ਵੀ ਛੋਲੇ ਤੇ ਪੂਰੀਆਂ ਦਾ ਪ੍ਰਸਾਦ ਮਿਲਦਾ ਹੈ